ਸਤਿਗੁਰ ਜਿਵੇਂ ਕੁੰਭ ਲਾਵੇ ਪਿਛਲੇ 14 ਰੋਜ਼ਾਂ ਤੋਂ ਸਤਿਗੁਰਾਂ ਨੇ ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਬੈਠਣ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ। ਪਰਮੇਸ਼ਰ ਸਰੂਪ ਉਹ ਜੋਤਾਂ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨਾਨਕ ਸਰ ਕਲੇਰਾਂ ਵਾਲੇ ਪਰਮ ਪੂਜਨੀਕ ਬਾਬਾ ਜੀ ਸਿਆੜ ਸਾਹਿਬ ਵਾਲੇ ਅਤੇ ਧੰਨ ਧੰਨ ਬਾਬਾ ਹਰਭਜਨ ਸਿੰਘ ਜੀ ਨਾਨਕ ਸਰ ਕਲੇਰਾਂ ਵਾਲਿਆਂ ਦੀ ਮਹਾਨ ਪਵਿੱਤਰ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਬੇਅੰਤ ਸਤਿਪੁਰਸ਼ਾਂ ਨੇ ਦਰਸ਼ਨ ਦੇ ਦਾਰੇ ਬਖਸ਼ੇ ਔਰ ਸਤਿਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਨਾਲ ਆਪਾਂ ਨੂੰ ਸਾਰਿਆਂ ਨੂੰ ਜੋੜਨਾ ਕੀਤਾ। ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੀ ਬਾਪਤ ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਨੇ ਕੈਨੇਡਾ ਦੀ ਧਰਤੀ 'ਤੇ ਪੋਹ ਸੁਦੀ 7ਵੀਂ ਨੂੰ ਦਰਗਾਹੀ ਪ੍ਰਵਚਨ ਸਰਵਣ ਕਰਾਉਂਦਿਆਂ ਇਹ ਵਚਨ ਕੀਤੇ ਸਨ ਕਿ ਮੈਂ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਆਪਣੀ ਸ਼ਰਧਾ ਭੇਟ ਕਰਨ ਲੱਗਿਆ
ਕਿ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੂੰ, ਉਹਨਾਂ ਨੇ ਮੇਰੇ 'ਤੇ ਕਿੰਨੀ ਕਿਰਪਾ ਕੀਤੀ। ਇੱਥੋਂ ਤੱਕ ਬਾਬਾ ਜੀ ਨੇ ਆਪਣੀ ਸ਼ਰਧਾ ਪ੍ਰਗਟ ਕੀਤੀ ਸਾਰੀ ਸੰਗਤ ਦੇ ਸਾਹਮਣੇ ਸਤਿਗੁਰਾਂ ਦੇ ਦਰਬਾਰ ਵਿੱਚ। ਉਹ ਕੈਸਟ ਤਕਰੀਬਨ ਆਡੀਓ ਕੈਸਟ ਦਾਸ ਨੇ 10-12 ਵਾਰੀ ਸਰਵਣ ਕੀਤੀ। ਬਾਬਾ ਜੀ ਕਹਿਣ ਲੱਗੇ, ਮੈਂ ਗੁਰੂ ਨਾਨਕ ਦਾ ਪਛੜਿਆ ਹੋਇਆ ਸਿੱਖ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਬਾਬਾ ਆਨੰਦ ਸਿੰਘ ਜੀ ਦਾ ਸਰੂਪ ਮੇਰੇ ਵਾਸਤੇ ਧਾਰਨਾ ਪਿਆ। ਗੱਜ ਕੇ ਆਖੋ ਸਤਨਾਮ। ਸ੍ਰੀ ਹਜ਼ੂਰ ਬਾਬਾ ਜੀ ਦੇ ਮੁਖਾਰਬਿੰਦ ਦੇ ਵਚਨ, ਪਿਰਕਿਆ ਦੇਹਰਾਦੂਨ ਕੁਫਰੀ ਝੰਗ ਮਗਿਆਣਾ ਦਿੱਲੀ ਸ਼ਿਮਲਾ ਦੇਹਰਾਦੂਨ ਨਾਨਕਸਰ ਸਾਈਕਲ 'ਤੇ ਬਾਬਾ ਜੀ ਨੇ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੇ ਪਾਸ ਪੂਰਨਵਾਸ਼ੀ 'ਤੇ ਜਾਣਾ। ਬਾਬਾ ਜੀ ਰਸਨਾ ਤੋਂ ਵਚਨ ਸੁਣਾਉਂਦੇ, ਅਸੀਂ ਸਿਆੜ ਸਾਹਿਬ ਤੋਂ ਚੱਲਦੇ ਦਿੱਲੀ ਵਿਖੇ ਪਹੁੰਚਣਾ ਤਾਂ ਸਤਿਗੁਰਾਂ ਦੀ ਮਿਹਰ ਦੇ ਨਾਲ 300 ਪਾਠ ਸ੍ਰੀ ਜਪਜੀ ਸਾਹਿਬ ਦਾ ਕਰ ਲੈਂਦੇ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਮਹਾਨ ਪੂਰਨ ਸਮਾਗਮ ਅਤੇ ਸ੍ਰੀ ਹਜ਼ੂਰ ਬਾਬਾ ਜੀ ਨੇ ਸਤਿਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਮੰਨਿਆ, ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ, ਅਤੇ ਬਾਬਾ ਜੀ ਨੇ ਬੇਅੰਤ ਸੇਵਾ ਕੀਤੀ, ਘਾਲਣਾ ਕੀਤੀ। 6 ਸਾਲ ਦੀ ਉਮਰ ਤੋਂ ਹੀ ਸਿਆੜ ਸਾਹਿਬ ਵਿਖੇ ਸਾਧੂ ਗਿਆਨ ਦਾਸ ਜੀ, ਜੋ ਕਿ ਉਦਾਸੀਨ ਸੰਪਰਦਾ ਵਿੱਚੋਂ ਸਨ, ਬਾਬਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਗੁਰਬਾਣੀ ਦੀ ਸੰਥਿਆ ਕਰਵਾਈ, ਅਤੇ ਬਾਬਾ ਜੀ ਦਾ ਮਸਤਕ ਤੱਕਿਆ, ਉਹ ਤ੍ਰਿਕਾਲਦਰਸ਼ੀ ਸਾਧੂ ਸਨ। ਸਭ ਕੁਛ ਉਹਨਾਂ ਨੇ ਦੇਖ ਲਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਤਨੀ ਵੱਡੀ ਸਮਰੱਥਾ ਦੇ ਮਾਲਕ ਸਤਿਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਬਣਾਉਣਾ। ਤਾਂ ਉਸ ਸਮੇਂ 6 ਸਾਲ ਦੀ ਉਮਰ ਵਿੱਚ ਬਾਬਾ ਜੀ ਨੂੰ 5 ਪਾਠ ਸ੍ਰੀ ਜਪਜੀ ਸਾਹਿਬ ਦੇ ਰੋਜ਼ਾਨਾ ਕਰਨ ਵਾਸਤੇ ਕਿਹਾ। 5 ਪਾਠ ਸ੍ਰੀ ਹਜ਼ੂਰ ਪਾਤਸ਼ਾਹ ਰੋਜ਼ਾਨਾ ਕਰਦੇ ਹਨ, ਅਤੇ ਸਾਧ ਸੰਗਤ ਛੋਟੀ ਉਮਰ ਤੋਂ ਹੀ ਇਹ ਬੰਦਗੀ ਸ਼ੁਰੂ ਹੋਈ, ਪਿਛਲੇ ਜਨਮਾਂ ਦਾ ਤਾਂ ਕੋਈ ਅੰਦਾਜ਼ਾ ਲਾ ਹੀ ਨਹੀਂ ਸਕਦੇ ਕਿੰਨੇ ਜਨਮਾਂ ਦੀ ਇਹ ਬਾਤ। ਇੱਕ ਸਤਪੁਰਸ਼ਾਂ ਨੇ ਬਚਨ ਸੁਣਾਏ, ਜਿਸ ਮਾਤਾ ਦਾ ਜਿਸ ਬੀਬੀ ਦਾ 10 ਜਨਮ ਦੀ ਭਗਤੀ ਕੀਤੀ ਹੋਵੇ, ਉਹਦੀ ਮਹਾਨ ਪਵਿੱਤਰ ਕੁੱਖ ਤੋਂ ਇੱਕ ਸੰਤ ਜਨਮ ਧਾਰਨ ਕਰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਹ ਸੰਤ ਜਨ ਜਿਹਦੀ ਸੈਂਕੜੇ ਜਨਮਾਂ ਦੀ ਕਮਾਈ ਕੀਤੀ ਹੋਵੇ, ਸੈਂਕੜੇ ਜਨਮਾਂ ਦੀ, ਉਸ ਸਤਪੁਰਸ਼ ਨੂੰ ਕਹਿੰਦੇ ਸੰਤ ਕਿਹਾ ਜਾਂਦਾ। ਸੈਂਕੜੇ ਜਨਮਾਂ ਦੀ ਕਮਾਈ ਨਾਲ ਸਤਪੁਰਸ਼ ਬਣਦਾ। ਫਿਰ ਉਹ ਸਤਪੁਰਸ਼ ਬਣਦਾ ਕੈਸਾ, ਜਿਹਦੀ ਨਿਗਾਹ ਦੇ ਨਾਲ ਹੀ ਨਾਨਕ ਨਦਰੀ ਨਦਰ ਨਿਹਾਲ,
ਸ਼੍ਰੀ ਹਜ਼ੂਰ ਬਾਬਾ ਜੀ ਸਹਿਣ ਸਾਹਿਬ ਵਾਲਿਆਂ ਅਤੇ ਬੇਅੰਤ ਰਹਿਮਤਾਂ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ। ਫਿਰ ਉਹ ਸਮਾਂ 1943 ਦਾ ਸਮਾਂ ਆਇਆ 13 ਭਾਦੋ ਨੂੰ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਸੱਚਖੰਡ ਪਿਆਨਾ ਕਰ ਗਿਆ। ਪ੍ਰਿੰਸੀਪਲ ਬੀਬੀ ਭੁਪਿੰਦਰ ਕੌਰ ਜੀ ਬਿਰਦੀ ਸਿਆੜ ਸਾਹਿਬ ਵਾਲਿਆਂ ਨੇ ਜੋ ਆਪਣੀ ਕਲਮ ਦੇ ਨਾਲ ਉਹ ਧਾਰਮਿਕ ਜੀਵਨ ਬਾਬਾ ਜੀ ਦਾ ਲਿਖਣਾ ਕੀਤਾ, ਉਹਦੇ ਵਿੱਚ ਇਹ ਵਚਨ ਦਰਜ ਨੇ ਕਿ ਜਿਸ ਵਕਤ ਧੰਨ ਬਾਬਾ ਆਨੰਦ ਸਿੰਘ ਜੀ ਨੇ ਭਾਣਾ ਵਰਤਾਉਣਾ ਸੀ, ਉਸ ਵਕਤ ਸਿਆੜ ਸਾਹਿਬ ਵਾਲੇ ਬਾਬਾ ਜੀ ਨਾਨਕਸਰ ਸਾਹਿਬ ਵਿਖੇ ਹਾਜ਼ਰ ਸਨ ਅਤੇ ਸਾਧ ਸੰਗਤ ਧੰਨ ਬਾਬਾ ਈਸ਼ਰ ਸਿੰਘ ਜੀ ਬਾਬਾ ਜੀ ਨੂੰ ਭਾਈ ਸਾਹਿਬ ਕਹਿ ਕੇ ਸੰਬੋਧਨ ਕਰਦੇ। ਬਾਬਾ ਜੀ ਸਿਆੜ ਸਾਹਿਬ ਵਾਲਿਆਂ ਦੀ ਕਿੰਨੀ ਸ਼ਰਧਾ, ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਨਾਨਕਸਰ ਵਾਲਿਆਂ 'ਤੇ। ਕਹਿੰਦੇ ਮੇਰਾ ਪੀਰ ਵੀ ਇਹੀ ਹੈ ਅਤੇ ਮੇਰਾ ਵੀਰ ਵੀ ਇਹੀ ਹੈ ਅਤੇ ਸਾਧ ਸੰਗਤ ਉੱਥੇ ਫਿਰ ਐਸਾ ਸਮਾਂ ਚੱਲਦਾ ਚੱਲਦਾ ਕਹਿੰਦੇ ਡਾਕਟਰ ਜਗਰਾਵਾਂ ਤੋਂ ਆਏ, ਉਹਨੇ ਧੰਨ ਬਾਬਾ ਆਨੰਦ ਸਿੰਘ ਜੀ ਦੇ ਆਪਣਾ ਜੋ ਸੀ ਦੇਖਿਆ, ਟੂਟੀਆਂ ਲਗਾ ਕੇ ਕੁਝ ਦਵਾਈ ਦੇ ਗਿਆ। ਧੰਨ ਬਾਬਾ ਈਸ਼ਰ ਸਿੰਘ ਜੀ ਬਾਬਾ ਜੀ ਨੂੰ ਪੁੱਛਦੇ ਹਨ ਕਿ ਭਾਈ ਸਾਹਿਬ ਡਾਕਟਰ ਜੀ ਚਲੇ ਗਏ? ਕਹਿੰਦੇ ਹਾਂ ਗਰੀਬ ਨਵਾਜ ਚਲੇ ਗਏ, ਮੈਂ ਸਾਈਕਲ 'ਤੇ ਜਾ ਕੇ ਲੈ ਉਹਨ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਈਸ਼ਰ ਸਿੰਘ ਜੀ ਦੇ ਪਾਵਨ ਪਵਿੱਤਰ ਚਿਹਰੇ ਤੋਂ ਔਰ ਉਹਨਾਂ ਦੇ ਮੁਖਾਰ ਬਿੰਦ ਦੀ ਆਵਾਜ਼ ਤੋਂ ਸ਼੍ਰੀ ਹਜ਼ੂਰ ਬਾਬਾ ਜੀ ਜਾਣ ਰਹੇ ਨੇ ਅਤੇ ਕਹਿਣ ਲੱਗੇ ਭਾਈ ਸਾਹਿਬ ਬਾਬਾ ਆਨੰਦ ਸਿੰਘ ਜੀ ਇਸ ਤਰ੍ਹਾਂ ਅਵਸਥਾ ਦੇ ਵਿੱਚ। ਫਿਰ ਪਰਚੀਆਂ ਪਾਈਆਂ, ਕਹਿੰਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਪਹਿਲੀ ਪਰਚੀ 'ਤੇ ਲਿਖਿਆ ਕਿ ਬਾਬਾ ਜੀ ਆਪ ਇੱਥੇ ਹੀ ਹੋ, ਦੂਜੀ 'ਤੇ ਲਿਖਿਆ ਬਾਬਾ ਜੀ ਕਿ ਆਪ ਜੀ ਸੱਚਖੰਡ ਚਲੇ ਗਏ ਹੋ। ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਤੋਂ ਬਾਬਾ ਈਸ਼ਰ ਸਿੰਘ ਜੀ ਨੇ ਮਹਾਰਾਜ ਜੀਆਂ ਨੇ ਅਰਦਾਸ ਕਰਵਾ ਕੇ ਪਰਚੀ ਚੁਕਾਈ ਅਤੇ ਜਦੋਂ ਪਰਚੀ ਚੁਕਾਈ ਅਤੇ ਉਹਦੇ ਵਿੱਚ ਲਿਖਿਆ ਸੀ ਸੱਚਖੰਡ ਚਲੇ ਗਏ ਹਾਂ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸੱਚਖੰਡ ਚਲੇ ਗਏ ਹਾਂ ਸੱਸ। ਉਹ ਸਮਾਂ ਧੰਨ ਸ਼੍ਰੀ ਹਜ਼ੂਰ ਬਾਬਾ ਜੀ, ਧੰਨ ਬਾਬਾ ਈਸ਼ਰ ਸਿੰਘ ਜੀ ਜਾਂ ਉੱਥੇ ਰਹਿਣ ਵਾਲੇ ਸਿੱਖਾਂ ਸੇਵਕਾਂ ਨੇ ਤੱਕਿਆ। ਫਿਰ ਕੰਨੀਆਂ ਵਿਖੇ ਪਾਵਨ ਪਵਿੱਤਰ ਸਰੀਰ ਦਾ ਜਲ ਪ੍ਰਵਾਹ ਅਤੇ ਸਾਧ ਸੰਗਤ ਜਦੋਂ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੀਰ ਨੂੰ ਰਾਗੀ ਜਨ ਕੀਰਤਨ ਕਰਦੇ, ਬੇਅੰਤ ਇਕੱਠ ਸਿੱਖ ਸੰਗਤਾਂ ਦਾ ਨੇਤਰਾਂ ਦੇ ਵਿੱਚੋਂ ਜਲ ਵਗ ਰਿਹਾ ਹੈ ਅਤੇ ਸਾਧ ਸੰਗਤ ਤੋਂ ਸਮਾਂ ਜਿਨ੍ਹਾਂ ਦੇ ਆਪਣੇ ਪਿਆਰਿਆਂ ਦੇ ਨਾਲ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ ਵਾਲੀ ਗੱਲ, ਉਹਨਾਂ ਨੂੰ ਇਹ ਪਾਵਨ ਪਵਿੱਤਰ ਸਰੀਰ ਦਾ ਵਿਛੋੜਾ ਸਹਿਣਾ ਵੀ ਬੜਾ ਮੁਸ਼ਕਲ ਹੁੰਦਾ, ਬੜਾ ਔਖਾ ਹੁੰਦਾ। ਕਾਫ ਦਰਦ ਵਿਛੋੜੇ ਦਾ ਸੂਈ ਜਾਣਨ, ਜੋ ਵਿਛੜੇ ਨੇ ਦਿਲਦਾਰ ਕੋਲੋਂ। ਇੱਥੇ ਉਹ ਗੱਲ
ਬੇਦਰਦ ਨੂੰ ਸਾਰ ਕੀ ਦੁਖੜੇ ਦੀ ਤੇ ਦੁੱਖ ਪੁੱਛੀਏ ਕਿਸੇ ਬਿਮਾਰ ਕੋਲੋਂ ਉਸ ਸਮੇਂ ਸੰਗਤਾਂ ਦੀ ਕੀ ਅਵਸਥਾ ਸਾਧ ਸੰਗਤ ਬਈ ਜਦੋਂ ਤੁਰ ਗਏ ਸੀ ਦਿਲਾਂ ਦੇ ਧੰਨ ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲੇ ਉਹਨਾਂ ਦੇ ਨਾਲ ਤਿੰਨ ਸਿੱਖ ਹਨ ਢੈਪੀ ਨਗਰ ਤੋਂ ਚੱਲੇ ਬਾਬਾ ਜੀ ਰਸਤੇ ਵਿੱਚ ਕਹਿਣ ਲੱਗੇ ਪਹਿਲੇ ਸੇਵਕ ਨੂੰ ਸੇਵਾਦਾਰ ਨੂੰ ਤੂੰ ਪਿੱਛੇ ਮੁੜ ਜਾ ਕਹਿਣ ਲੱਗਾ ਸਤਿਬਚ ਪਿੱਛੇ ਮੁੜ ਗਿਆ ਥੋੜ੍ਹੀ ਦੂਰ ਜਾ ਕੇ ਦੂਸਰੇ ਨੂੰ ਵੀ ਕਹਿੰਦੇ ਤੂੰ ਵੀ ਪਿੱਛੇ ਮੁੜ ਜਾ ਉਹਨੇ ਵੀ ਸਤਿਬਚਨ ਕਹਿ ਕੇ ਪਿੱਛੇ ਮੁੜ ਕੇ ਕੁਝ ਅੱਗੇ ਜਾ ਕੇ ਕਹਿੰਦੇ ਨੇ ਤੀਸਰੇ ਸੇਵਾਦਾਰ ਨੂੰ ਤੂੰ ਵੀ ਭਾਈ ਪਿੱਛੇ ਮੁੜ ਜਾ ਉਹ ਕਹਿਣ ਲੱਗਾ ਬਾਬਾ ਜੀ ਮੈਂ ਤੁਹਾਨੂੰ ਇਕੱਲਿਆਂ ਨੂੰ ਛੱਡ ਕੇ ਪਿੱਛੇ ਨਹੀਂ ਮੁੜਨਾ ਬੈਰਾਗ ਕਰਨ ਲੱਗ ਗਿਆ ਅਤੇ ਬਾਬਾ ਜੀ ਕਹਿਣ ਲੱਗੇ ਸਿਆੜ ਸਾਹਿਬ ਵਾਲੇ ਜੇ ਪਿੱਛੇ ਨਹੀਂ ਮੁੜਨਾ ਚੰਗਾ ਚੱਲ ਫਿਰ ਅੱਗੇ ਜਾ ਕੇ ਤੂੰ ਜਗ੍ਹਾ ਬਣਾ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਰੀਰ ਦਾ ਜਲ ਪ੍ਰਵਾਹ ਕੰਨੀਆਂ ਦਰਿਆ ਵਿੱਚ ਕਰਨਾ ਸੀ ਇੱਧਰ ਬਾਬਾ ਜੀ ਅਤਿਅੰਤ ਬੈਰਾਗ ਵਿੱਚ ਨੇ ਅਤੇ ਸਾਧ ਸੰਗਤ ਉਸ ਵਕਤ ਆਕਾਸ਼ ਬਾਣੀ ਆਈ ਸੰਭਲੋ ਸੰਭਲੋ ਸੰਭਲੋ
ਤੁਹਾਡੇ ਸਰੀਰ ਤੋਂ ਬਹੁਤ ਵੱਡਾ ਕੰਮ ਲੈਣਾ ਹੈ ਤੇ ਨਾਲੇ ਇਹ ਕਹਿਣਾ ਕੀਤਾ ਤੂੰ ਨਾ ਸਾਡੇ ਪਾਸ ਆਵੀਂ, ਤੂੰ ਨਾ ਸਾਡੇ ਪਾਸ ਆਵੀਂ, ਅਸੀਂ ਤੇਰੇ ਕੋਲ ਆਵਾਂਗੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਸੀਂ ਤੇਰੇ ਕੋਲ ਆਵਾਂਗੇ। ਇਹ ਆਕਾਸ਼ ਬਾਣੀ ਹੋਈ ਉਸ ਸਮੇਂ ਧੰਨ ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਨੂੰ ਤੇ ਸਾਧ ਸੰਗਤ। ਉਹ ਗੱਲ ਤੂੰ ਚੱਲ ਕੇ ਆਵੀਂ ਨਾ, ਅਸੀਂ ਆਵਾਂਗੇ ਚੱਲ ਕੇ ਆਪੇ। ਪੁੱਤ ਹੋਵੇ ਲਾਡਲਾ ਜੋ ਸੁਣਾ, ਛੱਡਦੇ ਨਹੀਂ ਕਦੇ ਮਾਪੇ। ਤੇ ਸਾਧ ਸੰਗਤ ਤੇ ਉਸ ਸਮੇਂ ਸ਼੍ਰੀ ਹਜ਼ੂਰ ਬਾਬਾ ਜੀ ਉਹ ਜੋ ਉਹਨਾਂ ਦੇ ਮਨ ਵਿੱਚ ਜਿਸ ਪਿਆਰੇ ਸਿਉਨੇਹੋਂ ਤੇ ਸਾਗੈ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ, ਧੀਰਜ ਬਣਿਆ। ਤੇ ਸਾਧ ਸੰਗਤ ਫਿਰ ਧੰਨ ਬਾਬਾ ਜੀ ਨੇ ਕਿੰਨੀਆਂ ਸੰਗਤਾਂ ਨੂੰ ਤਾਰਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੋੜ ਕੇ। ਸੰਤ ਬਾਬਾ ਅਮਰੀਕ ਸਿੰਘ ਜੀ ਜਿਹੜੇ ਤਕਰੀਬਨ 1999 ਦੇ ਵਿੱਚ ਵਿਸ਼ੇਸ਼ ਨਿਤਨੇਮਾਂ ਵਿੱਚ ਜਾ ਕੇ ਹਿੱਸਾ ਲਿਆ, 40-45 ਦਿਨ ਉਹ ਨਿਤਨੇਮ ਚੱਲਦੇ। ਉਸ ਸਮੇਂ ਬੜੀ ਸਖ਼ਤ ਉੱਥੇ ਮਰਯਾਦਾ ਸਿਆੜ ਸਾਹਿਬ ਠਾਠ ਸਾਹਿਬ ਦੇ ਵਿੱਚ ਹੁੰਦੀ। ਦਾਸ ਨੇ ਅੱਖੀਂ ਦੇਖਿਆ 200-200 ਪਾਠ ਸੰਤ ਅਮਰੀਕ ਸਿੰਘ ਜੀ ਜਪਜੀ ਸਾਹਿਬ ਦਾ ਕਰਕੇ ਸ਼ਾਮਾਂ ਨੂੰ ਲਿਖਾਉਂਦੇ, ਜਿਹਦੇ ਵਿੱਚ ਸਹਿ ਆਪਣੇ ਸ਼੍ਰੀ ਅਖੰਡ ਪਾਠ ਸਾਹਿਬਾਂ ਦੀਆਂ ਵੀ ਇਹਨਾਂ ਨੇ ਰੌਲਾਂ ਲਾਉਣੀਆਂ। ਦਾਸ ਉਦੋਂ ਜਪਜੀ ਸਾਹਿਬ ਦੀਆਂ ਰੌਲਾਂ ਲਾਉਂਦਾ ਹੁੰਦਾ ਤੇ ਇਹ 99 ਦੀ ਗੱਲ ਹੈ, ਦਾਸ 90 ਵਿੱਚ ਸਾਧ ਸੰਗਤ ਗਿਆ। ਉਸ ਤੋਂ ਪਹਿਲਾਂ ਦੀ ਅਵਸਥਾ ਪੂਜਨੀਕ ਮਾਤਾ ਜਸਵੰਤ ਕੌਰ ਜੀ, ਜਿਨ੍ਹਾਂ ਦਾ ਪੇਕਾ ਨਗਰ ਢਹਿ ਪਈ, ਉਹ ਭਾਗਾਂ ਵਾਲਾ ਨਗਰ ਢਹਿ ਪਈ ਜਿੱਥੇ ਬਾਬਾ ਜੀ ਨੇ ਸਿੱਖੀ ਦਾ ਪ੍ਰਚਾਰ ਜਿੱਥੋਂ ਸ਼ੁਰੂ ਕਰਿਆ, ਆਪਣੀ ਭੈਣ ਮਾਤਾ ਧੰਨ ਕੌਰ ਦੇ ਸਹੁਰਾ ਨਗਰ ਤੋਂ। ਜਿਵੇਂ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੁਲਤਾਨਪੁਰ ਲੋਧੀ ਤੋਂ ਭਾਈ ਮਰਦਾਨਾ ਜੀ ਨੂੰ ਸਾਥ ਲੈ ਕਰਕੇ ਆਪਣੀ ਭੈਣ ਵੱਡੀ ਬੇਬੇ ਨਾਨਕੀ ਜੀ ਦੇ ਗ੍ਰਹਿ ਤੋਂ ਤੁਰੇ ਸੀ, ਉਸੇ ਤਰ੍ਹਾਂ ਉਹ ਰਹਿਮਤਾਂ ਸਤਿਗੁਰੂ ਪਾਤਸ਼ਾਹ ਜੀ ਦੀਆਂ ਤੇ ਸਾਧ ਸੰਗਤ ਬੇਅੰਤ ਦੁਨੀਆਂ ਨੂੰ ਤਾਰਿਆ ਵੀ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੇ ਨਾਲ ਕੈਸਾ ਪਿਆਰ, ਬੇਅੰਤੀ ਪਿਆਰ, ਮੇਰਾ ਪੀਰ ਵੀ ਤੂੰ ਹੀ, ਵੀਰ ਵੀ ਤੂੰ ਹੀ, ਕਹਿ ਦੇਣਾ, ਲਿਖ ਦੇਣਾ, ਸੁਣ ਲੈਣਾ ਸੌਖਾ, ਮੰਨ ਲੈਣਾ ਤੇ ਉਹਦੇ ਬਚਨ ਨੂੰ ਉੱਦਾਂ ਮੰਨਣਾ। ਬਾਬਾ ਜੀ ਨੂੰ ਕਿਸੇ ਨੇ ਕੋਈ ਬਚਨ ਕਿਹਾ ਸੀ ਪਰਮ ਪੂਜਨਿਕ ਬਾਬਾ ਜੀ ਨੂੰ ਸਿਆੜ ਸਾਹਿਬ ਵਾਲਿਆਂ ਨੂੰ, ਬਾਬਾ ਜੀ ਕਹਿਣ ਲੱਗੇ ਮੇਰੇ ਲਈ ਤਾਂ ਧੰਨ ਬਾਬਾ ਈਸ਼ਰ ਸਿੰਘ ਜੀ ਵੀ ਬਾਬਾ ਆਨੰਦ ਸਿੰਘ ਜੀ ਦਾ ਹੀ ਸਰੂਪ ਨੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹਨਾਂ ਦਾ ਹੀ ਸਰੂਪ ਨੇ। ਰਹੋ ਵਿਚਾਰ ਸਮਾਪਤੀ ਕਰੀਏ। ਇਹ ਤਾਂ ਸਤਪੁਰਸ਼ਾਂ ਦਾ ਇੱਕ ਬਚਨ ਮੰਨਦੇ ਹਾਂ, ਇੱਥੇ ਤਾਂ ਇੱਕ ਦੂਏ ਇੱਕ ਚੜ੍ਹਾਉਂਦੀਆਂ, ਕੌਣ ਜਾਣੇ ਮੇਰਾ ਨਾਂ ਜੀਆਂ, ਵੱਡੀਆਂ ਵੱਡੀਆਂ ਕਮਾਈਆਂ ਵਾਲੇ ਸਤਪੁਰਸ਼ਾਂ ਦੇ ਚਰਨ। ਔਰ ਆਪ ਜੀ ਨੇ
ਬਾਬਾ ਜੀ ਸਮਤ ਦਿਆ ਕਰਦੇ ਵੀ ਇੱਕ ਖਾਲੀ ਗੱਡਾ ਲੰਘਦਾ ਲੀਹ ਨਹੀਂ ਪੈਂਦੀ, ਭਰਿਆ ਗੱਡਾ ਲੰਘ ਜਾਏ ਨਾ ਲੀਹ ਪਾ ਦਿੰਦਾ। ਮਤਲਬ ਭਾਵ ਮੇਰੇ ਵਰਗੇ ਦੀ ਕੋਈ ਕਮਾਈ ਜਪ ਤਪ ਨਹੀਂ ਉਹਦਾ ਕਹਿਆ ਕੋਈ ਕਿਸੇ 'ਤੇ ਅਸਰ ਨਹੀਂ ਕਰੇਗਾ। ਸਤਿਪੁਰਸ਼ਾਂ ਦੀ ਕਮਾਈ ਸ਼੍ਰੀਮਾਨ ਸੰਤ ਬਾਬਾ ਅਮਰੀਕ ਸਿੰਘ ਜੀ ਆ ਜਿੰਨੇ ਸਾਧੂ ਸਟੇਜ 'ਤੇ ਬੈਠੇ ਪਹਿਲਾਂ ਸਮਾਂ ਲਾ ਕੇ 13 ਦਿਨ ਪਿੱਛੋਂ ਵੀ ਕਹਾਂਗੇ, ਕਮਾਈਆਂ ਵਾਲੇ ਬਚਨ ਜਿਹੜੇ ਕਰ ਗਏ ਉਹ ਐਂ ਲੀਹਾਂ ਪਾ ਗਏ ਨੇ, ਉਹਨਾਂ ਦੇ ਕਹੇ ਬਚਨ ਆਪਣੇ ਹਿਰਦੇ ਵਿੱਚ ਧੱਸ ਗਏ, ਕਿਉਂਕਿ ਉਹਨਾਂ ਨੇ ਸੁਣਿਆ ਮੰਨਿਆ ਮੰਨ ਕੇ ਅਮਲ ਕੀਤਾ ਕਮਾਈ ਕੀਤੀ। ਇਸੇ ਤਰ੍ਹਾਂ ਧੰਨ ਮਾਤਾ ਜਸਵੰਤ ਕੌਰ ਜੀ ਦੇ ਜਾਏ, ਬਾਬਾ ਅਮਰੀਕ ਸਿੰਘ ਜੀ ਢੈਪੀ ਨਗਰ ਤੋਂ, ਮਾਤਾ ਜੀ ਦਾ ਪੇਕਾ ਨਗਰ ਗਿੱਲ ਨਗਰ ਸਾਡੇ ਨਜ਼ਦੀਕ ਹੀ ਸੰਗੋਵਾਲ ਦੇ, ਅਤੇ ਪਿਤਾ ਸਰਦਾਰ ਪ੍ਰੀਤਮ ਸਿੰਘ ਜੀ ਧਰਮ ਦੇ ਕਿਰਤੀ ਬਿਰਤੀ ਮਹਾਂਪੁਰਸ਼ਾਂ ਦਾ ਜਨਮ ਹੋਇਆ। ਬਚਪਨ ਤੋਂ ਹੀ ਲਗਨ ਡੂੰਘੀ ਲਗਨ, ਇਹ ਕੋਈ ਇੱਕ ਜਨਮ ਦੀ ਖੇਡ ਨਹੀਂ, ਕਈ ਜਨਮਾਂ ਦੀ ਖੇਡ। ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਨਾਲ ਕਿਤੇ ਇਸੇ ਜਨਮ 'ਚ ਰਲ ਗਏ? ਨਹੀਂ, ਬਹਿੰਗਮੀ ਜੀਵਨ ਜਪ ਜਤ ਸਤ ਤਪ ਰਹਿਮਤਾਂ ਬਾਬਾ ਜੀ ਦੀਆਂ, ਪਤਾ ਨਹੀਂ ਪਿਛਲੇ ਕਿੰਨੇ ਕੁ ਜਨਮਾਂ ਤੋਂ ਬਾਬਾ ਜੀ ਦੇ ਨਾਲ ਚੱਲੇ ਆ ਰਹੇ ਨੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕੀਰਤਨ ਵੀ ਪਿਰਸਾਹ ਸੰਗਤ ਘਰ ਵਿੱਚ ਮਸ਼ੀਨਾਂ ਲਾਈਆਂ, ਦੋ ਦੋ ਚਾਰ ਚਾਰ ਮਸ਼ੀਨਾਂ ਵੀ ਇਕੱਲਿਆਂ ਨੇ ਜਪਣੀ ਕਰਨੀ, ਉਹਦੇ 'ਤੇ ਕਿਰਤ ਨਾਲੇ ਨਾਮ ਜਪੀ ਜਾਣਾ, ਇੰਨਾ ਨਾਮ ਦਾਸ ਨੂੰ ਦੱਸਦੇ ਹੁੰਦੇ। ਇਹ ਬੜੀ ਖੁੱਲ੍ਹੇ ਸਮੇਂ ਦੀਆਂ ਬਾਤਾਂ, ਪਰ ਇੱਥੇ ਤਾਂ ਇੱਕ ਐਂ ਹਾਜ਼ਰੀ ਮਾਤਰੀ ਹੈ, ਮੈਨੂੰ ਗਰੀਬ ਨੂੰ ਵੀ ਆ ਚਰਨਾਂ ਦੇ ਜੋੜੇ ਝਾੜਨ ਬਿਠਾ ਦਿੱਤਾ, ਪਰ ਏਡੀ ਮੇਰੀ ਕਾਤ ਰਹਿਮਤ ਨਹੀਂ ਆ। ਚਾਰ ਸੁਰਾਂ ਵੀ ਸੰਤ ਬਾਬਾ ਅਮਰੀਕ ਸਿੰਘ ਮਹਾਰਾਜ ਜੀ ਇਹਨਾਂ ਦੀਆਂ ਝੋਲੀ ਪਾਈਆਂ ਹੋਣ, ਜਿਹਦੀ ਕਰਕੇ ਮੈਂ ਸਿੱਖ ਸੰਗਤਾਂ ਦੇ ਦਰਸ਼ਨ, ਗੁਰੂ ਸਾਹਿਬ ਜੀ ਦੇ ਦਰਸ਼ਨ, ਗੁਰੂ ਦੇ ਬਖਸ਼ੇ ਸਾਧੂਆਂ ਦੇ ਦਰਸ਼ਨ ਹੁੰਦੇ ਰਹਿੰਦੇ। ਅਤੇ ਸਾਧ ਸੰਗਤ ਕਹਿੰਦੇ ਜਾਂ ਮਸ਼ੀਨ ਚੱਲਦੀ ਹੁੰਦੀ ਸੀ, ਮਸ਼ੀਨ ਦੇ ਖੜਕੇ ਦੇ ਨਾਲ ਹੀ ਮੇਰੇ ਸਿਮਰਨ ਦੀ ਅਟੈਚਮੈਂਟ ਬਣ ਗਈ ਸੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੱਖਾ ਚੱਲਣਾ ਤਾਂ ਪੱਖੇ ਚੱਲਦੇ ਦੀ ਆਵਾਜ਼ ਵਿੱਚੋਂ ਵੀ ਸਿਮਰਨ ਦੀ ਅਟੈਚਮੈਂਟ ਬਣ ਜਾਣੀ। ਇਹ ਕੀ ਹੈ? ਕੋਈ ਬੱਚਾ ਕਿਤਾਬ ਪੜ੍ਹ ਰਿਹਾ, ਪੜ੍ਹਦੇ ਪੜ੍ਹਦੇ ਨੂੰ ਨੀਂਦ ਆ ਗਈ, ਉੱਥੇ ਉਹਨੂੰ ਬਸਰਾਮ ਦੇ ਕੇ ਕਿਤਾਬ ਸਰਾਣੇ ਰੱਖ ਕੇ ਪੈ ਗਿਆ, ਨੀਂਦ ਪੂਰੀ ਹੋਈ, ਉੱਠਿਆ, ਜਿੱਥੋਂ ਸਬਕ ਛੱਡਿਆ ਸੀ ਉੱਥੋਂ ਸ਼ੁਰੂ ਕਰ ਲਿਆ। ਇਹ ਪਿਛਲੇ ਜਨਮਾਂ ਦੀ ਕਮਾਈ ਕੀ ਕਿਤੇ ਇੱਕੋ ਜਨਮ ਵਿੱਚ ਹੀ ਨਾਮ ਅੰਦਰ ਚੱਲ ਪੈਂਦਾ? ਫਿਰ ਮਹਾਰਿਸ਼ੀ ਉਹ ਤਤਵੇ ਤੇ ਬ੍ਰਹਮ ਜੋਗੀ ਉਹ ਮਹਾਨ ਪਵਿੱਤਰ ਨਦਰਾਂ ਤੇ ਸਾਧ ਸੰਗਤ ਜਦੋਂ ਨਿਤਨੇਮ ਵਿੱਚ ਵਿਸ਼ੇਸ਼ ਨਿਤਨੇਮ ਵਿੱਚ ਘਰ ਤੋਂ ਚੱਲਦੇ, ਉਸ ਤੋਂ ਪਹਿਲਾਂ ਸਤਿਕਾਰਯੋਗ ਪਿਤਾ ਪ੍ਰੀਤਮ ਸਿੰਘ ਜੀ ਦੇ ਨਾਲ ਢਹਿ ਪੀ ਜਾਣਾ ਪੂਰਨਮਾਸ਼ੀ 'ਤੇ, ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਦੇ ਪਾਸ ਸਿਆੜ ਸਾਹਿਬ ਜਾਣਾ, ਐਂ ਚੌਂਕੜਾ ਲੈ ਕੇ ਬਹਿਣਾ। ਫਿਰ ਇਹ ਚੌਂਕੜੇ ਵੀ ਪਿਛਲੇ ਜਨਮ ਤੋਂ ਲੱਗਦੇ ਆਉਂਦੇ ਆ, ਫਿਰ ਉਹ ਚੌਂਕੜਿਆਂ ਦਾ ਧਨੀ ਬਣਾ ਦਿੰਦਾ ਗੁਰੂ ਨਾਨਕ ਉਹਨਾਂ ਨੂੰ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧਨੀ
ਫਿਰ ਕੀਰਤਨ ਦੇ ਧਨੀ ਤੇ ਘਰ ਵਿੱਚ ਕੀਰਤ ਕਰਦਿਆਂ ਨੂੰ ਵੀ ਕੋਈ ਨਗਰ ਚ ਸਾਧੂ ਆਇਆ ਦੀਵਾਨ ਲਾਇਆ ਨਿਗਾਹ ਪੈ ਗਈ ਸੰਤ ਬਾਬਾ ਅਮਰੀਕ ਸਿੰਘ ਤੇ ਐ ਨਿਗਾਹ ਰੱਖ ਲੈਂਦੇ ਸੀ ਇਹਨਾਂ ਨੂੰ ਲੈ ਜਾਈਏ ਨਾਲ ਹੀ ਬੜੇ ਸਾਧੂਆਂ ਦਾ ਜ਼ਿਕਰ ਹੈ ਪਰ ਧੁਰ ਦਾ ਲੇਖ ਕਿੱਥੇ ਸੀ ਜਿਹੜੀ ਵੇਲ ਦਾ ਕੱਦੂ ਆ ਉਸੇ ਵੇਲ ਦੇ ਨਾਲ ਲੱਗਦਾ ਹੁੰਦਾ ਸ਼੍ਰੀ ਹਜ਼ੂਰ ਬਾਬਾ ਜੀ ਦੇ ਨਾਲ ਧੁਰ ਦਾ ਮੇਲ ਸੀ ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਇਹ ਬਖਸ਼ਿਸ਼ਾਂ ਨੇ ਸਤਿਗੁਰੂ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਨੇ ਵੱਡਿਆਂ ਦੀਆਂ ਬਖਸ਼ਿਸ਼ਾਂ ਫਿਰ ਦਾਸ ਨੇ ਜੋ ਅੱਖੀਂ ਦੇਖੇ ਉੱਥੇ ਬਾਬਾ ਜੀ ਦੇ ਸਨਮੁੱਖ ਬੈਠ ਕੇ ਗੁਰੂ ਸਾਹਿਬ ਦੇ ਬਾਬਾ ਜੀ ਦੀ ਹਜ਼ੂਰੀ ਵਿੱਚ ਕੀਰਤਨ ਕਰਨਾ ਬਾਬਾ ਜੀ ਨੇ ਐਂ ਨਦਰਾਂ ਭਰ ਭਰ ਕੇ ਪਾਉਣੀਆਂ ਸੰਤ ਅਮਰੀਕ ਸਿੰਘ ਮਹਾਰਾਜ ਜੀਆਂ 'ਤੇ ਉਹ ਕੀ ਸੀ ਕਿਹੜੀ ਨਦਰ ਸੀ ਨਾਨਕ ਨਦਰੀ ਨਦਰ ਜੇ ਇਹਨਾਂ ਨੇ ਪ੍ਰਵਚਨ ਸੁਣੇ ਮੰਨੇ ਅਮਲ ਕੀਤਾ ਆ ਕਿੰਨੇ ਸਾਲਾਂ ਤੋਂ ਕਿੰਨੇ ਕਿੰਨੇ ਏਰੀਆ ਦੇ ਵਿੱਚ ਆਪਦੇ ਸਰੀਰ ਨਾਲ ਨਹੀਂ ਜੋੜ ਰਹੇ ਮੂਲ ਮੰਤਰ ਦੇ ਨਾਲ ਜਪਜੀ ਸਾਹਿਬ ਦੇ ਜਾਪ ਸੁਖਮਨੀ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਸਿਫਤੀ ਕੀਦੀ ਗੁਰੂ ਨਾਨਕ ਦੀ ਜਾਂ ਗੁਰੂ ਨਾਨਕ ਸਰੂਪ ਹੋ ਚੁੱਕੇ ਸਤਪੁਰਸ਼ਾਂ ਦੀ ਮੈਨੂੰ ਵੀ ਬੜੀ ਮਨਾਹੀ ਕਰਦੇ ਹੁੰਦੇ ਆ ਪਰ ਇੱਥੇ ਕੋਈ ਸਮੇਂ ਦੀ ਗੱਲ ਸਤਿਗੁਰੂ ਪਾਤਸ਼ਾਹ ਇਹਨਾਂ ਦੀ ਕਿਰਪਾ ਨਾਲ ਹੀ ਉਹ ਸਤਿਗੁਰੂ ਬੁਲਾ ਰਹੇ ਨੇ ਤੇ ਸਾਧ ਸੰਗਤ ਬਾਬਾ ਜੀ ਨੇ ਇੱਕ ਵਾਰ ਬਚਨ ਕੀਤਾ ਸੀ ਦਾਸ ਟੱਲੀਆਂ ਵਜਾ ਰਿਹਾ ਸੀ ਬਾਬਾ ਜੀ ਕਹਿਣ ਲੱਗੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਕਸ਼ਾਤ ਬੈਠ ਕੇ ਸਾਹਮਣੇ ਕੀਰਤਨ ਕਰਨਾ ਕਿ ਮੇਰਾ ਗੁਰੂ ਨਾਨਕ ਸੁਣ ਰਿਹਾ ਹੈ ਹਾਜ਼ਰ ਨਾਜ਼ਰ ਬੈਠਾ ਤੇ ਬਾਬਾ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਉਹਨੂੰ ਅਖੰਡ ਪਾਠਾਂ ਦੇ ਫਲ ਦਾ ਮਹਾਤਮ ਪ੍ਰਾਪਤ ਹੋਊ ਜਿਹੜਾ ਇੱਕ ਘੰਟਾ ਤੁਸੀਂ ਕੀਰਤਨ ਸੁਣਾਓਗੇ ਐਡੇ ਵਰਦਾਨ ਇਹ ਮਹਾਂਪੁਰਸ਼ਾਂ ਨੂੰ ਮਿਲੇ ਹੋਏ ਨੇ ਜਿਨ੍ਹਾਂ ਰਾਹੀਂ ਆ ਰਚਨਾ ਰਚਾਈਏ ਗੁਰੂ ਨਾਨਕ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਸਾਧ ਸੰਗਤ ਫਿਰ ਉਹ ਸਮਾਂ 13 ਭਾਦੋਂ ਸੰਨ 1994 ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਨੇ ਸਾਹਿਬ ਵਾਲਿਆਂ ਨੇ ਕੈਨੇਡਾ ਦੀ ਧਰਤੀ ਤੇ ਵੈਨ ਕੁਵਰ ਵਿਖੇ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੀ 51ਵੀਂ ਬਰਸੀ ਦੇ ਸਮੇਂ ਤੇ ਉਹ ਭਾਣਾ ਵਰਤਾ ਦਿੱਤਾ ਜੋਤੀ ਜੋਤ ਰਲੇ ਉਹ ਜੋਤ ਵਿੱਚ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਉਹ ਜਦੋਂ ਸੱਚਖੰਡ ਪਿਆਨਾ ਕਰ ਗਏ ਨਾ ਫਿਰ ਉੱਥੇ ਸਿਆੜ ਸਾਹਿਬ ਇਹ ਪੰਜਾਬ ਦੀ ਧਰਤੀ ਤੇ ਜਦੋਂ ਪਹੁੰਚੀਆਂ ਖਬਰਾਂ ਉਸ ਸਮੇਂ ਦਾ ਸਾਧ ਸੰਗਤ ਕੀ ਸਮਾਂ ਸੀ ਤੇ ਮਹਾਂਪੁਰਸ਼ਾਂ ਦੇ ਵੀ ਦਾਸ ਨੇ ਦਰਸ਼ਨ ਕੀਤੇ ਅਤਿਅੰਤ ਵੈਰਾਗ ਵਿੱਚ ਕਿਸੇ ਨਾ ਕੋਈ ਗੱਲਬਾਤ ਕਰਨ ਨੂੰ ਵੀ ਗਲਾ ਇਜਾਜ਼ਤ ਨਹੀਂ ਦੇ ਰਿਹਾ ਨਹੀਂ ਸੀ ਬਾਬਾ ਅਮਰੀਕ ਸਿੰਘ ਮਹਾਰਾਜ ਜੀ ਦਾ ਤੇ ਉਹ ਸਮਾਂ ਸਾਧ ਸੰਗਤ ਬੈਠਾਠ ਸੱਖਣਾ ਸਿਆੜ ਤਹਾਂ ਮਾਰੇ ਕਨੇਡਾ ਵਿੱਚ ਹੀਰਾ ਖੋ ਗਿਆ ਸੱਖਣਾ ਸਿਆੜ ਤਹਾਂ ਮਾਰੇ ਕਨੇਡਾ
ਸਾਰਾ ਵਾਤਾਵਰਣ ਹੀ ਪੰਛੀ ਵੀ ਤੇ ਪਸ਼ੂ ਵੀ ਦਰਖਤ ਵੀ ਦਰਖਤਾਂ ਦੇ ਪੱਤੇ ਵੀ ਰੋਂਦੇ ਦੇਖੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਪੁਰਸ਼ ਦੱਸਦੇ ਜਦੋਂ ਕਿਸੇ ਪੂਰਨ ਜੋਤ ਨੇ ਸੰਸਾਰ ਵਿੱਚ ਪ੍ਰਕਾਸ਼ ਧਾਰਨ ਕਰਨਾ ਹੋਵੇ ਅਸਮਾਨ ਵਿੱਚ ਲਾਲੀ ਰਹਿਣ ਲੱਗ ਜਾਂਦੀ ਹੈ ਅਸਮਾਨ ਤੇ, ਤੇ ਜਦੋਂ ਪੂਰਨ ਜੋਤ ਸਰੀਰਕ ਓਹਲਾ ਕਰਦੀ ਹੈ ਤਾਂ ਉਦੋਂ ਵੀ ਕਈ ਦਿਨ ਅਸਮਾਨ ਤੇ ਲਾਲੀ ਬਣ ਜਾਂਦੀ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਸਾਧ ਸੰਗਤ ਫਿਰ ਉੱਥੋਂ ਦੇ ਹੈੱਡ ਗ੍ਰੰਥੀ ਬਾਬਾ ਗੁਰਚਰਨਜੀਤ ਸਿੰਘ ਜੀ, ਲੰਮਾ ਇਤਿਹਾਸ ਪਰ ਸੰਖੇਪ ਵਿੱਚ ਹੀ ਸਮਾਪਤੀ ਕਰੀਏ, ਬਾਬਾ ਜੀ ਦੇ ਪਾਵਨ ਪਵਿੱਤਰ ਦੇ ਅੰਤਿਮ ਦਰਸ਼ਨ ਸਿੱਖ ਸੰਗਤਾਂ ਕਰਦੀਆਂ, ਬੇਅੰਤ ਸੰਗਤਾਂ ਦੀਆਂ ਜਦ ਜਿਹੜਾ ਦਰਸ਼ਨ ਕਰਦਾ ਧਾਰ ਨਿਕਲਦੀ ਹੈ। ਕੋਈ ਸੋਚਦਾ ਬਾਬਾ ਜੀ ਆਪ ਜੀ ਇਹ ਮਖਾਰ ਬਿੰਦ ਤੋਂ ਅੰਮ੍ਰਿਤਮਈ ਬਚਨ ਕਰਦੇ ਸੀ, ਇਹਨਾਂ ਨੇਤਰਾਂ ਰਾਹੀਂ ਦ੍ਰਿਸ਼ਟੀ ਪਾਉਂਦੇ ਸੀ, ਉਹ ਦ੍ਰਿਸ਼ਟੀ ਕੈਸੀ ਸੀ, ਉਹ ਦ੍ਰਿਸ਼ਟੀ ਕੈਸੀ ਸੀ ਸਾਧ ਸੰਗਤ ਜੀ, ਉਹ ਦ੍ਰਿਸ਼ਟੀ ਦੇ ਵਿੱਚੋਂ ਰਹਿਮਤਾਂ ਦਾ ਮੀਂਹ ਵਰਦਾ ਸੀ। ਸਮਾਪਤੀ ਕਰੀਏ, ਸਮਾਂ ਹੋ ਚੁੱਕਾ, ਸਿਰਫ ਇੱਕ ਧਾਰਨਾ ਪੜ੍ਹ ਕੇ ਦਾਸ ਖਿਮਾਂ ਦਾ ਜਾ ਚੁੱਕ, ਫਿਰ ਬਾਬਾ ਜੀ ਦੇ ਪਾਵਨ ਪਵਿੱਤਰ ਸਰੀਰ ਨੂੰ ਬੇਅੰਤ ਸਿੱਖ ਸੰਗਤਾਂ ਰਾਗੀ ਸਿੰਘ ਬੈਰਾਗ ਚ ਕੀਰਤਨ ਕਰਦੇ ਜਾਂਦੇ ਸ੍ਰੀ ਬਭੌਰ ਸਾਹਿਬ 7 ਤਰੀਕ 1994 ਨੂੰ ਜਲ ਪ੍ਰਵਾਹ ਕਰਨ ਵਾਸਤੇ ਸੰਗਤਾਂ ਜਾ ਰਹੀਆਂ। ਹੈੱਡ ਗ੍ਰੰਥੀ ਬਾਬਾ ਗੁਰਚਰਨਜੀਤ ਸਿੰਘ ਜੀ ਕਹਿੰਦੇ ਨੇ ਆਪਣੇ ਸੰਤ ਦਾ ਖਿਆਲ ਰੱਖਣਾ, ਸੰਤ ਦੀ ਪਦਵੀ ਸੰਤ ਦੀ ਸਟੈਂਪ ਸਿਆੜ ਸਾਹਿਬ ਰਹਿੰਦਿਆਂ ਤੇ ਲੱਗ ਚੁੱਕੀ ਸੀ ਸੰਤ ਅਮਰੀਕ ਸਿੰਘ ਜੀਆਂ ਤੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਬਾਬਾ ਜੀ ਦੇ ਪਾਵਨ ਪਵਿੱਤਰ ਸਰੀਰ ਨੂੰ ਜਿੱਥੇ ਸ੍ਰੀ ਬਭੌਰ ਸਾਹਿਬ ਸਤਿਗੁਰੂ ਦਸਮੇਸ਼ ਕਲਗੀਧਰ ਪਿਤਾ ਜੀ ਨੇ ਸ੍ਰੀ ਚੌਪਈ ਸਾਹਿਬ ਦਾ ਉਚਾਰਨ ਕੀਤਾ, ਉੱਥੇ ਡੂੰਘੇ ਜਲ ਵਿੱਚ ਬਾਬਾ ਜੀ ਦੇ ਬਚਨ ਸੀ, ਇੱਥੇ 12 ਬ੍ਰਹਮ ਗਿਆਨੀਆਂ ਦਾ ਸਰੀਰ ਜਲ ਪ੍ਰਵਾਹ ਹੋ ਚੁੱਕਾ, 13ਵਾਂ ਸਾਡਾ ਨੰਬਰ ਆ, 13ਵੀਂ ਕੁੱਲੀ ਅਸੀਂ ਪਾਵਾਂਗੇ। ਜਦੋਂ ਧੰਨ ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਦਾ ਪਾਵਨ ਪਵਿੱਤਰ ਸਰੀਰ ਜਲ ਪ੍ਰਵਾਹ ਕੀਤਾ, ਅਨੇਕਾਂ ਸਿੱਖ ਸੰਗਤਾਂ ਦੀਆਂ ਧਾਹਾਂ ਨਿਕਲੀਆਂ, ਬੈਰਾਗ ਦੇ ਵਿੱਚ ਅਥਰੂ ਨਿਕਲੇ, ਸਾਧ ਸੰਗਤ ਉਹ ਕਿਉਂ ਸਮਾਪਤੀ ਕਰੀਏ।
ਸਾਰੀ ਉਮਰ ਉਡੀਕਾਂ ਵਿੱਚ ਲੰਘਣੀ ਚੁੰਗੀ ਚੁੱਕੀ ਲਾ ਜੋ ਜੋਗਿਆ ਸਾਰੀ ਉਮਰ ਉਡੀਕਾਂ ਵਿੱਚ ਲੰਘਣੀ ਚੁੰਗੀ ਚੁੱਕੀ ਲਾ ਜੋ ਜੋਗਿਆ ਵਾਹਿਗੁਰੂ ਜੀ ਕੀ ਫਤਿਹ।